हाँ जी, तुसीं कदे सुने कि कोई चोर घर दे विच मौजूद लोकां दे सामने ही घर चो चोरी करके लै जे? कोई भी घर दे विच किसे दा भी कुत्ता रख्या होवे, जदों चोर आवे तां कुत्ता उहनूं भौंके ही ना। अज तुहानूं एक बड़े ही मशहूर दिल्ली दे चोर की कहानी, बंटी चोर की कहानी सुनाने जा रहे हैं। क्राइम बड़ा एक दुख देने वाला, बड़ा मतलब मायूस जिहा टॉपिक है, पर कई बार क्राइम दे विच कुछ इस तरह दियां भी घटना वापर जांदियां ने जो कई बार हादसे का पात्र भी बन जांदियां ने। जे दुनिया दे विच टॉप पंज दे पंज चोरां दी जे कोई सूची बने तां टॉप पंज दे विच जिहड़ा बंटी चोर का नाम जरूर आएगा। नाम है सी दविंदर सिंह, पर उहनूं ज़्यादा करके बंटी चोर दे नाम नाल ही मशहूर होया। तुसीं एक देखा होगा पिछे जे फिल्म आई सी ओए लक्की लक्की ओए, ये फिल्म है जिहड़ी बंटी चोर दे उत्ते ही बनी सी। डायरैक्टर भी उदों चाहुंदा सी कि जिहड़ी फिल्म है उहदे विच किरदार जिहड़ा बंटी चोर दा है उह खुद बंटी चोर करे, पर उस वेले जेल च होण करके उह जिहड़ा किरदार है उह बंटी चोर नहीं कर सकिया। पर बंटी चोर दी दिली इच्छा जरूर सी कि मेरे ते एक फिल्म बने जिहड़ी उहदी पूरी होगी। ਇਹ ਬੰਟੀ ਚੋਰ ਬਣਿਆ, ਬੰਟੀ ਚੋਰ ਕਿਵੇਂ ਹੈ? ਦਿੱਲੀ ਪੁਲਿਸ ਬਹੁਤ ਘੱਟ ਲੋਕਾਂ ਨੂੰ ਕੋਈ ਨਾਮ ਦਿੰਦੀ ਹੈ, ਤਾਂ ਇਹਨੂੰ ਦਿੱਲੀ ਪੁਲਿਸ ਨੇ ਨਾਮ ਦਿੱਤਾ ਸੀ ਸੁਪਰ ਚੋਰ ਦਾ। 2003 ਦੇ ਵਿੱਚ ਇੱਕ ਚੋਰੀ ਹੋਈ ਸੀਗੀ ਜਿਹੜੀ ਬੰਟੀ ਚੋਰ ਨੇ ਕੀਤੀ ਸੀ, ਉਹਦੇ ਵਿੱਚ ਕਰੋੜਾਂ ਰੁਪਏ ਦਾ ਸਮਾਨ ਜਿਹੜਾ ਲੁੱਟਿਆ ਗਿਆ ਸੀਗਾ। ਉਹ ਇਸ ਕਰਕੇ ਇਹਨੂੰ ਜਿਹੜਾ ਦਿੱਲੀ ਪੁਲਿਸ ਨੇ ਬੰਟੀ ਸੁਪਰ ਚੋਰ ਦੀ ਜਿਹੜੀ ਨਾਮ ਹੈ ਉਹ ਦਿੱਤਾ ਸੀ। ਇਹ ਬੰਟੀ ਜਿਹੜਾ ਚੋਰ ਹੈ ਇਹ ਹਮੇਸ਼ਾ ਹੀ ਲਗਜ਼ਰੀ ਚੀਜ਼ਾਂ, ਲਗਜ਼ਰੀ ਘੜੀਆਂ, ਐਂਟੀਕ ਚੀਜ਼ਾਂ, ਮਹਿੰਗੇ ਮਹਿੰਗੇ ਬ੍ਰਾਂਡ ਦੇ ਜਿਹੜੇ ਵਾਈਨ ਦੀਆਂ ਬੋਤਲਾਂ, ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਮਤਲਬ ਕਿ ਚੋਰੀ ਕਰਦਾ ਸੀਗਾ। ਇੱਥੋਂ ਤੱਕ ਕਿ ਜਿਹੜੇ ਵੱਡੇ ਵੱਡੇ ਘਰਾਂ ਦੇ ਵਿੱਚ ਪੱਪੀਜ਼, ਜਿਹੜੇ ਛੋਟੇ ਛੋਟੇ ਪੱਪੀਜ਼ ਪਾਲੇ ਹੁੰਦੇ ਨੇ, ਇਹ ਉਹਨਾਂ ਨੂੰ ਵੀ ਨਹੀਂ ਸੀ ਛੱਡਦਾ, ਉਹ ਚੀਜ਼ਾਂ ਦਾ ਨੂੰ ਇਹ ਚੋਰੀ ਕਰਕੇ ਲੈ ਜਾਂਦਾ ਸੀ। ਜਿਹੜੀ ਖਾਸ ਗੱਲ ਇਹ ਹੈ ਇਹਦੇ ਚੋਰੀ ਕਰਨ ਦੇ ਜਿਹੜਾ ਤਰੀਕਾ ਸੀ ਉਹ ਬੜੇ ਇੰਟਰਸਟਿੰਗ ਸੀਗਾ। ਆਪਾਂ ਗੱਲ ਕਰੀਏ ਬੰਟੀ ਚੋਰ ਹੈ ਕੌਣ ਸੀ। ਬੰਟੀ ਚੋਰ ਦਿੱਲੀ ਦੇ ਵਿੱਚ ਇੱਕ ਵਿਕਾਸਪੁਰੀ ਇਲਾਕਾ ਹੈ ਉੱਥੋਂ ਦਾ ਜੰਮਿਆ ਹੋਇਆ ਸੀ। ਬਚਪਨ ਦੇ ਵਿੱਚ ਹੀ ਬੜਾ ਸ਼ਰਾਰਤੀ ਅਤੇ ਬੜਾ ਮਤਲਬ ਨਲਾਇਕ ਕਿਸਮ ਦਾ ਬੰਦਾ ਸੀ, ਤਾਂ ਨੌਵੀਂ ਦੇ ਵਿੱਚ ਹੀ ਇਹਨੇ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਕਿ ਇਹਦੇ ਬਾਪ ਨੇ ਇਹਨੂੰ ਘਰ ਦੇ ਵਿੱਚੋਂ ਕੱਢਤਾ। ਤਾਂ ਜਦੋਂ ਇਹਨੂੰ ਘਰ ਦੇ ਵਿੱਚੋਂ ਕੱਢਤਾ ਤਾਂ 1993 ਦੇ ਵਿੱਚ ਇਹਨੇ ਪਹਿਲੀ ਚੋਰੀ ਕੀਤੀ ਅਤੇ ਉਹ ਫੜਿਆ ਗਿਆ। ਪਹਿਲੀ ਚੋਰੀ ਕਿਉਂਕਿ ਐਕਸਪਰਟ ਨਹੀਂ ਸੀ, ਪਹਿਲੀ ਚੋਰੀ ਸੀ ਇਹਦੀ, ਤਾਂ ਇਹ ਫੜਿਆ ਗਿਆ। ਤਾਂ ਇਹਨੂੰ ਪੁਲਿਸ ਨੇ ਜਾ ਕੇ ਲਾਕਅਪ ਦੇ ਵਿੱਚ ਬੰਦ ਕਰਤਾ। ਤਾਂ ਇਸਨੇ ਪਤਾ ਨਹੀਂ ਐਸਾ ਕੀ ਕੀਤਾ ਕਿ ਉੱਥੇ ਮੌਜੂਦ 15-20 ਪੁਲਿਸ ਵਾਲਿਆਂ ਦੇ ਸਾਹਮਣੇ ਲੋਕਅਪ ਦੇ ਵਿੱਚੋਂ ਇਹ ਫਰਾਰ ਹੋ ਗਿਆ। ਫਿਰ ਇਹ ਹੌਲੀ ਹੌਲੀ ਚੋਰੀਆਂ ਕਰਦਾ ਰਿਹਾ, ਕਦੇ ਫੜਿਆ ਜਾਂਦਾ ਕਦੇ ਛੁੱਟ ਜਾਂਦਾ। ਇਹ ਚੋਰੀ ਦੇ ਕਈ ਕਿੱਸੇ ਨੇ, ਪਰ ਜਿਹੜੇ ਇਹਦੇ ਮਸ਼ਹੂਰ ਕਿੱਸੇ ਨੇ ਉਹ ਤੁਹਾਨੂੰ ਕੁਛ ਜ਼ਰੂਰ ਮੈਂ ਦੱਸਣਾ ਚਾਹਾਂਗਾ। ਇਹਨੇ ਜਿਹੜੀ ਚੋਰੀ ਹੈ ਕੋਈ ਵੀ ਸ਼ਹਿਰ ਨਹੀਂ ਇਹਨੇ ਛੱਡੇ, ਵੱਡੇ ਸ਼ਹਿਰ ਜਿੰਨੇ ਸੀ, ਕੋਈ ਤੁਸੀਂ ਦਿੱਲੀ ਲਾ ਲਓ, ਜਲੰਧਰ ਲਾ ਲਓ, ਚੰਡੀਗੜ੍ਹ, ਕੋਲਕਾਤਾ, ਮੁੰਬਈ, ਮੈਸੂਰ, ਬੈਂਗਲੋਰ, ਕੋਈ ਇਹਨੇ ਸ਼ਹਿਰ ਨਹੀਂ ਛੱਡਿਆ। ਇਹਦਾ ਜਿਹੜਾ ਚੋਰੀ ਕਰਨ ਦਾ ਜਿਹੜਾ ਤਰੀਕਾ ਸੀ ਨਾ ਉਹ ਬੜਾ ਨਿਆਬ ਸੀਗਾ। ਇਹ ਚੋਰੀ ਹਮੇਸ਼ਾ ਕਰਦਾ ਸੀ 2 ਵਜੇ ਤੋਂ, ਰਾਤ ਨੂੰ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਦੇ ਵਿੱਚ ਵਿੱਚ। ਜ਼ਿਆਦਾਤਰ ਜਿਹੜੀ ਚੋਰੀ ਹੈ ਇਹ 5 ਤੋਂ 6 ਦੇ ਵਿੱਚ ਵਿੱਚ, ਇਹਨੇ 80% ਜਿਹੜੀਆਂ ਚੋਰੀਆਂ ਨੇ ਉਹ 5 ਤੋਂ 6 ਦੇ ਵਿੱਚ ਵਿੱਚ ਇਹਨੇ ਕੀਤੀਆਂ ਨੇ। ਇਹ ਜਦੋਂ ਵੀ ਕਿਸੇ ਮਕਾਨ ਦੇ ਵਿੱਚ ਦਾਖਲ ਹੁੰਦਾ ਸੀ ਕੋਈ ਇਹਦੇ ਕੋਲ ਹਥਿਆਰ ਨਹੀਂ ਸੀ ਹੁੰਦਾ ਕਿਸੇ ਕਿਸਮ ਦਾ, ਇਹਦੇ ਕੋਲ ਕੋਈ ਚਾਕੂ, ਛੁਰੀ, ਪਿਸਤੌਲ, ਡੰਡਾ, ਸੋਟੀ ਕੋਈ ਚੀਜ਼ ਨਹੀਂ ਸੀ ਇਹ ਲੈ ਕੇ ਜਾਂਦਾ। ਇੱਕ ਇਹਦੇ ਕੋਲ ਪੇਚਕਸ ਹੁੰਦਾ ਸੀ, ਬਸ ਇਹ ਪੇਚਕਸ ਦਾ ਐਡਾ ਮਾਹਿਰ ਸੀ ਇਹ ਪੇਚਕਸ ਨਾਲ ਹੀ ਦਰਵਾਜ਼ਾ ਖੋਲ੍ਹ ਲੈਂਦਾ, ਖਿੜਕੀ ਤੋੜ ਲੈਂਦਾ ਅਤੇ ਆਪਣਾ ਕੰਮ ਕਰਕੇ ਉੱਥੋਂ 9-2-11 ਹੋ ਜਾਂਦਾ। ਇਹਨੇ ਕਦੇ ਵੀ ਅੱਜ ਤੱਕ, ਇਹ ਪਹਿਲਾ ਚੋਰ ਹੋਇਆ, ਇਹਨੇ ਕਦੇ ਵੀ ਅੱਜ ਤੱਕ ਚੋਰੀ ਕਰਨ ਲੱਗੇ ਕੋਈ ਜ਼ਖਮੀ ਨਹੀਂ ਕੀਤਾ, ਕਿਸੇ ਨਾਲ ਇਹਦੀ ਲੜਾਈ ਨਹੀਂ ਹੋਈ, ਕਿਸੇ ਨਾਲ ਇਹਦੀ ਮਾਰ ਪਟਾਈ ਨਹੀਂ ਹੋਈ, ਕਿਸੇ ਤਰ੍ਹਾਂ ਦਾ ਕੁਛ ਨਹੀਂ ਹੋਇਆ। ਬਸ ਇਹ ਐਂਟੀਕ ਸਮਾਨ, ਮਹਿੰਗੀਆਂ ਘੜੀਆਂ, ਘੜੀਆਂ ਦਾ ਬੜਾ ਸ਼ੌਕੀਨ ਸੀ ਇਹ, ਮਹਿੰਗੀਆਂ ਘੜੀਆਂ ਚੱਕਦਾ ਅਤੇ ਉੱਥੋਂ ਬਸ ਰਫੂ ਚੱਕਰ ਹੋ ਜਾਂਦਾ। ਇਹਨੇ ਹਮੇਸ਼ਾ ਹੀ ਜਿਹੜੀ ਚੋਰੀ ਇਹਨੇ ਕੀਤੀ ਹੈ ਆਪਣੇ ਸ਼ੌਂਕ ਪੂਰੇ ਕਰਨ ਲਈ ਕੀਤੀ ਹੈ, ਕੋਈ ਇਹਨੇ ਮਜਬੂਰੀ ਦੇ ਵਿੱਚ ਕੋਈ ਚੋਰੀ ਨਹੀਂ ਕੀਤੀ। ਇਹਨੇ ਹਮੇਸ਼ਾ ਜਿਹੜਾ ਉਹ
चोरी जिहड़ी शौक पूरे करन लई कीती। एक खास गल इहदी होर है, जदों भी इह कोई चोरी करन जांदा तां चोरी दी कार दे विच ही जांदा सी। हमेशा इह चोरी करन लई चोरी दी कार विच जांदा, उस घर दे विच एंटर हुंदा, उत्थों समान चकदा, उह घर दे विच ही खड़ी होर लग्जरी कार नूं चकदा, उह कार ते चला जांदा जिहड़ी कार ते आया हुंदा, उह कार उसे घर दे बाहर खड़ी कर दिंदा सी। इहने बाकी सारा समान वेचिया, जिन्ना चोरी किया सारा समान वेचिया, पर इन्हें कदे भी जिहड़ी कार है वह नहीं इन्हें वेची। एक बार मुंबई दे विच इन्हें चोरी की कार की, वह कार का नंबर फलैश हो गया तो नाका लगा हुआ सीगा, नाके दे उत्ते पुलिस वालिया ने इन्हू रोक लिया। तो पुलिस वाले कहिंदे चल वी थाने, ये कहिंदा चलो बैठ जाओ। एक कार चला रहा सी, पुलिस वाले इहदे नाल बैठ गए। तो इन्हें चलते चलते कार की कोई इस तरह की शैतानकी की उत्थे कि कार बंद हो गई, मुड़ के स्टार्ट करन दे ड्रामे करता रहा कि स्टार्ट नहीं हो रही कार। पुलिस वाले नूं कहिंदा तुसीं भी करके देख लो कि कार स्टार्ट नहीं हो रही। तो पुलिस वाले देखण कि उन्होंने भी कोशिश की कार स्टार्ट ना हो, कहिंदा तुसीं ऐं करो धक्का लाओ, आपां धक्का ला के कार नूं जिहड़ा स्टार्ट कर लैंदे आ। तो जदों मतलब पुलिस वाले धक्का लाउण लगे तो यह कार स्टार्ट करके रफू चक्कर हो गया, पुलिस वाले पिछे देखते ही रह गए। जदों जदों जेल तो बाहर आता उदों तो महंगे होटलों के रहा, इन्हें करोड़ों रुपये दियां चोरियां कीतियां, पर एक भी कोई प्रॉपर्टी नहीं बनाई, कदे बैंक बैलेंस नहीं रखा इन्हें अपना। जदों बस बाहर आता पैसों चोरी करता, महंगे महंगे होटलों च रहा, अयाशी करता, जदों पैसे खत्म हो जाते फिर यह चोरी करता। ये बस नेपाल घूमने का बड़ा शौक सीगा इनू, नेपाल दे विच जाण दा। एक होर बड़ी इंट्रस्टिंग गल है कि इन्हें सोचा कि वड्डे घरां दे विच, क्योंकि चोरी ये वड्डी घरां दे विच ही करदा सी, वड्डे घरां दे विच जदों चोरी करदा सी हरेक घर दे विच कुत्ता पालिया हुंदा सी कोई ना कोई, तां इन्हें सोचा कि कुत्ते जदों मैं जाना कुत्ता भौंकदा है तां घर वाले उठ खड़दे ने। तां इन्हें चार महीने ला के इस कुत्ते नूं कंट्रोल करन दी ट्रेनिंग लई कि किस तरह जदों मैं एंटर करां कि कुत्ता भौंके ना। तो उस तो बाद एवं होया, ट्रेनिंग तो बाद जदों एंटर करता कुत्ता जदों इहदे वल देखता तो कुछ इस तरह की जो इहदी ट्रेनिंग सीगी इस तरह दी हरकतां करता कि कुत्ता भी जिहड़ा वह इहनू भौंकदा नहीं सी देख के। एक बार ये एक घर दे विच वड़ गया, उत्थे एक बहुत महंगा मतलब कि स्पीकर पिया सीगे, जिहड़े आपां होम थिएटर कहिंदे आ जिहनू, वह पए सी। वह पिता ने अपनी लड़की नूं जन्मदिन ते गिफ्ट कीते सी। तो सवेरे 5:45 का टाइम सी, वह लड़की बाहर शहर करन गई हुई सी, तो यह उहदे घरों स्पीकर चक के आराम नाल बाहर निकल के आ गया। तो कुड़ी ने देख लिया कि स्पीकर चक्या होया, तो कुड़ी कहिंदी कि तुसीं कौन हो, स्पीकर लैके कित्थे जा रहे हो, इहदा कॉन्फिडेंस देखो। तो कुड़ी नूं कहिंदा कि तेरे प्यो ने मैनूं तेरे लिए एक सरप्राइज होर दिता है, तू जाके घरे देख, ये स्पीकर उन्होंने देता है, इस तो भी वधिया सरप्राइज तेरे लिए घरे है। तो कुड़ी जदों घरे आके उहने प्यो नाल गल कीती तां पता लगा कि कोई चोर सीगा जिहड़ा स्पीकर लैके भज गया। एक बार ये चोरी करन घर दे विच वड़िया तां उत्थे ने बाहरों ड्रैंग रूम चों घड़ियां चक लियां, एंटीक समान होर चक लिया। तो इन्हें देखिया कि सामने एक कमरे दे विच लेडी सुती हुई है, उहदे कोल भी एक बहुत महंगी घड़ी पई है। तो जदों ये लेडी दे कोल जाके घड़ी चक्कन लगता तो लेडी की अख खुल जाती है। तो वह उहनूं कहिंदा गुड मॉर्निंग, बड़े कॉन्फिडेंस दे नाल कहिंदा गुड मॉर्निंग। जदों तक वह लेडी कुछ समझ पाती उदों तक ये 9:00-11:00 हो जाता उत्थों। ये कॉन्फिडेंस की सारी गल है। ये जदों जदों 2007 दे विच फड़िया गया, 3 साल जेल दे विच रहण तो बाद जदों ये बाहर आया तो उस तो इहनूं बिग बॉस दे विच बुला लिया गया, क्योंकि ये जिहड़े इंट्रस्टिंग किस्से सीगे उत्तों बड़े प्रभावित होए, जां बिग बॉस वाले किवें भी है इहनूं बिग बॉस दे विच 2007 तो बाद इहनूं बिग बॉस पता नहीं 12-13 किहड़ा सीगा उदों, 4 सी पता नहीं 3 सी, वह बिग बॉस दे विच इहनूं बुला लिया। तो उत्थे जदों इहनूं मिलाण लग्गिया सलमान खान दूजे कंटेस्टेंट नाल, तो सलमान खान ने कहा कि तुसीं मिलो सुपर चोर नूं। तो यह बड़ा उस टाइम सलमान खान नूं टोकदा तो उहनूं कहिंदा मैनूं चोर ना कहो। सलमान खान कहिंदा तू जेल चों आया? हाँ, कहिंदा जिवें तुसीं गए सी। मतलब कि सलमान खान नूं भी अगों इस तरह बिहेव करता है कि जिवें तू भी गया सी हीरन वाले केस च चोरी जेल च, उवें मैं गया। इहदे दो मतलब सीगे कि जां तां मैं बेदोशी, तू भी बेदोशी सीगा, तू दोषी नहीं सी, तू भी चला गया तो मैं भी दोषी नहीं हैगा, मैं भी चला गया, जां दूजे लोट ला लो। मतलब इन्ना हाजिर जवाब, इन्ना कॉन्फिडेंस सीगा इहदे विच। तो 2010 च जदों ये फिर ये दोबारा जेल दे विच चला गया,
ਉਦੋਂ ਬਾਅਦ ਜਿਹੜਾ ਇਹਨੇ ਕੇਰਲਾ ਦੇ ਵਿੱਚ ਇੱਕ ਵੱਡੇ ਬਿਜ਼ਨਸਮੈਨ ਦੇ ਘਰ ਦੇ ਵਿੱਚ ਚੋਰੀ ਕੀਤੀ ਜਾ ਕੇ। ਤਾਂ ਉਦੋਂ ਜਦੋਂ ਇਹ ਫੜਿਆ ਗਿਆ ਕੇਰਲਾ ਦੇ ਵਿੱਚ 2016 ਦੇ ਲਗਭਗ ਕੇਰਲਾ ਦੇ ਵਿੱਚ ਫੜਿਆ ਗਿਆ, ਤਾਂ ਉਦੋਂ ਕੋਰਟ ਨੇ ਇਹਦੇ ਸਾਰਾ ਪਿਛਲਾ ਰਿਕਾਰਡ ਦੇਖਦੇ ਹੋਏ ਉਹਨੇ ਕਿਹਾ ਕਿ ਇਹ ਹੈਬਚੁਅਲ ਚੋਰ ਹੈ, ਕੋਈ ਇਹ ਮਜਬੂਰੀ 'ਚ ਚੋਰੀ ਨਹੀਂ ਕਰਦਾ, ਇਹਦੀ ਆਦਤ ਹੈ, ਇਹ ਹੈਬਚੁਅਲ ਚੋਰ ਹੈ, ਇਸ ਕਰਕੇ ਇਹਦੇ ਨਾਲ ਕੋਈ ਵੀ ਨਰਮੀ ਨਹੀਂ ਵਰਤਣੀ ਚਾਹੀਦੀ। ਤਾਂ ਕੋਰਟ ਨੇ ਇਹਨੂੰ 10 ਸਾਲ ਦੀ ਸਜ਼ਾ ਸੁਣਾਈ। ਅਤੇ ਇਹ 2017 ਤੋਂ ਬਾਅਦ ਜਿਹੜੀ ਲਾਸਟ ਖਬਰ ਹੈ ਇਹਦੀ ਇਹ ਹੈ ਕਿ ਇਹ ਕੇਰਲਾ ਦੀ ਤ੍ਰਿਵੇਂਦਰਮਪੁਰਮ ਜੇਲ੍ਹ ਦੇ ਵਿੱਚ ਬੰਦ ਹੈ। ਹੋਰ ਕਹਾਣੀਆਂ ਲੈ ਕੇ ਤੁਹਾਡੇ ਨਾਲ ਆਉਂਦੇ ਰਹਾਂਗੇ। ਤਦ ਤੱਕ ਲਈ ਸ਼ੁਕਰੀਆ, ਧੰਨਵਾਦ।